ਡਾਕਟਰ ਦਲੀਪ ਘੋਟੇਵਾਣਾ ਦੀ ਕਹਾਣੀ ਮੁਆਫ ਕਰ ਦੇਵੀਂ ਜਦੋਂ 12 ਵਜੇ ਉੱਤਰਬਕ ਗਈ ਉਹਦੇ ਸਾਹ ਕਾਲੇ ਕਾਲੇ ਚੱਲਣ ਲੱਗੇ ਉਹਦੀਆਂ ਮੁਠੀਆਂ ਠੰਡੇ ਮੌਸਮ 'ਚ ਵੀ ਪਸੀਨੇ ਨਾਲ ਗੱਜ ਹੋ ਗਈਆਂ ਉਹ ਮੰਜੇ ਤੇ ਉੱਠ ਬੈਠੀ ਕੋਲੋਂ ਦਾ ਸ਼ਰਾਬ ਨਾਲ ਰੱਜਿਆ ਪਤੀ ਸ਼ੂਕ ਰਿਹਾ ਸੀ ਸੁੱਤੇ ਨੇ ਵੀ ਉਹਨੇ ਬੋਤਲ ਆਪਣੇ ਨਾਲ ਘੁੱਟੀ ਹੋਈ ਸੀ ਉਹ ਹੌਲੀ ਹੌਲੀ ਮੰਜੇ ਤੋਂ ਉੱਠੀ ਬੂਹੇ ਵੱਲ ਵਧੀ ਪਰ ਉਹਦੇ ਪੈਰ ਰੁਕ ਗਏ ਲੈਂਪ ਦੇ ਨਿੰਮੇ ਚਾਨਣ ਚ ਉਹਨੇ ਪਤੀ ਦੇ ਮੂੰਹ ਵੱਲ ਤੱਕਿਆ ਇਹ ਗੁੱਸਾ ਉਹਦੇ ਮਨ ਚ ਭਰ ਗਿਆ ਤੈਨੂੰ ਮੇਰੀ ਪਰਵਾਹ ਨਹੀਂ ਨਾ ਦਰਵਾਜ਼ਾ ਖੋਲਦਿਆਂ ਪਤੀ ਵੱਲ ਤੱਕ ਕੇ ਉਹਨੇ ਸੋਚਿਆ ਬਾਹਰ ਆ ਗਈ ਵਿੜੇ ਚ ਕਿਸੇ ਚੀਜ਼ ਨਾਲ ਉਹਦਾ ਪੈਰ ਔਕੜਿਆ ਉੱਠ ਠੰਬਰ ਗਈ ਉਹਨੂੰ ਖਿਆਲ ਆ ਮੈਂ ਕਿੱਥੇ ਜਾ ਰਹੀ ਹਾਂ ਕਿਉਂ ਜਾ ਰਹੀ ਹਾਂ ਦੂਜੇ ਪਲ ਸਾਹਮਣੇ ਚਬਾਰੇ ਚ ਕੋਈ ਖੰਗਿਆ ਇਸ ਬਨੌਟੀ ਖੰਗ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਇਹਦੇ ਮੈਣੇ ਉਸ ਸਮੇਂ ਤੀ ਸੀ ਉਹਨੂੰ ਇੱਕ ਕੰਬਣੀ ਆਈ ਉਹਨੇ ਆਲੇ ਦੁਆਲੇ ਤੱਕਿਆ ਸੀਲ ਦੀ ਠਰੀ ਤੇ ਭਿੱਜੀ ਰਾਤ ਛਾਂ-ਛਾਂ ਕਰ ਰਹੀ ਸੀ। ਗਲੀ 'ਚ ਕੁੱਤਾ ਭੌਂਕਿਆ, ਸ਼ਾਇਦ ਕੋਈ ਆ ਰਿਹਾ ਸੀ। ਉਹ ਕੰਧ ਦੇ ਪਿੱਛੇ ਹੋ ਗਈ ਚੁਬਾਰੇ 'ਚੋਂ ਖੰਗ ਫੇਰ ਸੁਣਾਈ ਦਿੱਤੀ। ਉਹਨੂੰ ਇੱਕ ਝੁੰਚਣੀ ਆਈ ਅੰਦਰ। ਖੜਕਾ ਹੋਇਆ ਸ਼ਾਇਦ ਉਹਦਾ ਪਤੀ ਪਾਣੀ ਪੀਣ ਲਈ ਉੱਠਿਆ ਸੀ। ਛੇਤੀ ਨਾਲ ਨਲਕੇ ਕੋਲ ਜਾ ਬਿਨਾਂ ਹੀ ਲੋੜੋਂ ਵੀ ਪਾਣੀ ਪੀਣ ਲੱਗ ਪਈ। ਫਿਰ ਅੰਦਰ ਆ ਗਈ। ਠੰਡ 'ਚ ਪਾਣੀ ਪੀਣ ਬਾਹਰ ਨਾ ਜਾਇਆ ਕਰ, ਹੋਰ ਮਰेंगी। ਉਹਦਾ ਪਤੀ ਦੂਜੇ ਪਾਸੇ ਮੂੰਹ ਕਰਕੇ ਸੌਂਦਾ ਹੋਇਆ ਬੋਲਿਆ। ਉਹ ਬਿਨਾਂ ਉੱਤਰ ਦਿੱਤੇ ਮੰਜੇ ਤੇ ਪੈ ਗਈ। ਉਹਨੂੰ ਚੁਬਾਰੇ ਚੁੱਡੀ ਕਰੇ ਬਲਰਾਮ ਦਾ ਖਿਆਲ ਆਇਆ। ਬਲਰਾਮ ਜਿਹੜਾ ਪਿਛਲੇ ਵਰੇ ਉਹਨਾਂ ਦੇ ਗੁਆਂਢ ਆਇਆ ਸੀ। ਜਿਹੜਾ ਚੋਖੀ ਚੋਖੀ ਰਾਤੀ ਕੋਇਲਨ ਵਜਾਉਂਦਾ ਰਹਿੰਦਾ। ਜਿਹੜਾ ਸੋਹਣਾ ਵੀ ਸੀ ਤੇ ਕੱਪੜੇ ਵੀ ਸੋਹਣੇ ਪਾਉਂਦਾ ਸੀ। ਜਿਹਦਾ ਚੁਬਾਰਾ ਲੋਕੀ ਦੱਸਦੇ ਸਨ ਬੜਾ ਸਜਿਆ ਹੋਇਆ ਸੀ। ਉਹਨੂੰ ਗਲੀ 'ਚੋਂ ਲੰਘਦੇ ਨੂੰ ਕਦੇ-ਕਦੇ ਝੱਕਦੇ-ਝੱਕਦੇ ਤੱਕ ਲੈਂਦੀ ਸੀ। ਇੱਕ ਦਿਨ ਉਹ ਕਮੀਜ਼ ਦੇ ਬਟਨ ਲਗਾਉਣ ਲਈ ਉਹਦੇ ਕੋਲ ਕੋਲੋਂ ਸੁਈ ਧਾਗਾ ਮੰਗਣ ਆਇਆ ਕਮੀਜ਼ ਲੈ ਆਓ ਬਟਨ ਮੈਂ ਹੀ ਲਗਾ ਦੇਾਂਗੇ ਉਹ ਬੋਲੀ ਨਹੀਂ ਜੀ ਮੈਨੂੰ ਜਾਂ ਚਾਉਂਦੀ ਏ ਉਹਨੇ ਜਵਾਬ ਦਿੱਤਾ ਹੋਰ ਕੀ ਕੋ ਜਾਂਦਾ ਹੈ ਰਾਜਨੀ ਹੱਸ ਕੇ ਆਖਿਆ ਜੋ ਕੁਝ ਨਹੀਂ ਆਉਂਦਾ ਤੁਹਾਡੇ ਕੋਲੋਂ ਸਿੱਖ ਲਵਾਂਗਾ ਉਹ ਰਾਜ ਰਾਨੀ ਦੀਆਂ ਮੁਸਕਰਾਉਂਦੀਆਂ ਅੱਖਾਂ ਵੱਲ ਤੱਕ ਕੇ ਬੋਲਿਆ ਰਾਜ ਸ਼ਰਮਾ ਗਿਆ ਉਹ ਚਲਾ ਗਿਆ ਪਰ ਉਹਦੇ ਬੋਲ ਰਾਜ ਨੂੰ ਦਿਨ ਚ ਕਿੰਨੀ ਵਾਰੀ ਯਾਦ ਆਏ ਜਦੋਂ ਗਲੀ ਚੋਂ ਲੰਘਦਾ ਰਾਜ ਸਭੇ ਕੰਮ ਭੁੱਲ ਉਹਦੇ ਵੱਲ ਤੱਕਦੀ ਰਹਿੰਦੀ ਕਿਹੜੀ ਕਿਸਮਤ ਵਾਲੀ ਹੋਏਗੀ ਜਿਹੜੀ ਇਹਦੇ ਲੜ ਲੱਗੇਗੀ ਰਾਜ ਨੇ ਆਪਣੇ ਪਤੀ ਦੇ ਰਾਤ ਦੀ ਦਾਲ ਡੋਲੀ ਵਾਲੇ ਕੱਪੜੇ ਧੋਂਦਿਆਂ ਸੋਚਿਆ ਫਿਰ ਇੱਕ ਦਿਨ ਉਹ ਰਾਜਕੋਲ ਥਰਮਾਮੀਟਰ ਮੰਗਣ ਆ ਗਿਆ ਕੀ ਗੱਲ ਹੈ ਬੁਖਾਰ ਛਡ ਗਿਆ ਉਹ ਬੋਲੀ ਹਾਂ ਦੇਖੋ ਲੱਗਦਾ ਤਾਂ ਹੈ ਬਲਰਾਮ ਨੇ ਅੱਗੇ ਬਾਹ ਕਰਦੇ ਆਖਿਆ ਚੱਕਦਿਆਂ ਚੱਕਦਿਆਂ ਰਾਜ ਨੇ ਉਹਦੀ ਬਾਹ ਤੇ ਹੱਥ ਰੱਖਿਆ ਉਹਦਾ ਹੱਥ ਕੰਬਦਾ ਦੇਖ ਬਲਰਾਮ ਮੁਸਕਰਾਇਆ ਮੁਖਾਰ ਕਿਥੇ ਠੰਡਾ ਤੇ ਪਿਆ ਪਿੰਡਾ ਉਹਨੇ ਕਾਲੀ ਨਾਲ ਹੱਥ ਚੁੱਕ ਕੇ ਆਖਿਆ ਤਾਂ ਫਿਰ ਤੁਹਾਡੇ ਛੋਣ ਨਾਲ ਉਤਰ ਗਿਆ ਹੋਣਾ ਉਹ ਹੱਸ ਕੇ ਬੋਲੀਆ ਰਾਜ ਨੂੰ ਅੱਗੋਂ ਕੋਈ ਜਵਾਬ ਨਾ ਔੜਿਆ ਉਹ ਵੀ ਹੱਸ ਪਈ ਕਿੰਨੇ ਦਿਨਾਂ ਤੱਕ ਪਿੱਛੋਂ ਵੀ ਜਦੋਂ ਉਹਨੂੰ ਇਹ ਗੱਲ ਯਾਦ ਆਉਂਦੀ ਉਹ ਆਪਣੇ ਆਪ ਮੁਸਕਰਾ ਪੈਂਦੀ ਹੁਣ ਉਹਦੀਆਂ ਜ਼ਿੰਦਗੀ ਚ ਕਿੰਨੀਆਂ ਨਿੱਕੀਆਂ ਨਿੱਕੀਆਂ ਦਿਲਚਸਪੀਆਂ ਜਾਗ ਰਹੀਆਂ ਸਨ ਉਹ ਘਰ ਸੰਵਾਰ ਕੇ ਰੱਖਦੀ ਉਹ ਕੱਪੜੇ ਇਸਤਰੀ ਕਰਕੇ ਪਾਉਂਦੀ ਉਹ ਸਵੇਰੇ ਨਹਾ ਕੇ ਵਾਲ ਵਾ ਲੈਂਦੀ ਉਹ ਮੰਗਤਿਆਂ ਨੂੰ ਵੀ ਹਰ ਖਰ ਕੇ ਨਾ ਪੈਂਦੀ ਉਹ ਪਤੀ ਨਾਲ ਵੀ ਹਰ ਵੇਲੇ ਲੜੂ ਲੜੂ ਨਾ ਕਰਦੀ ਰਹਿੰਦੀ ਉਨੇ ਵੇੜੇ ਚ ਫੁੱਲਾਂ ਦੇ ਬੂਟੇ ਬੀਜ ਲਏ। ਇੱਕ ਦਿਨ ਜਦੋਂ ਪੈਸੇ ਮੁੱਕਣ ਤੇ ਸ਼ਰਾਬ ਲਿਓਣ ਲਈ ਉਹਦੇ ਪਤੀ ਨੇ ਉਹਦੇ ਕੰਨਾਂ ਦੇ ਕਾਂਟੇ ਮੰਗੇ ਉਹਨੇ ਨਾ ਕਰ ਦਿੱਤੇ। ਮੈਂ ਫੇਰ ਬਣਵਾ ਦੇਵਾਂਗਾ ਉਹ ਬੋਲੀ। ਉਹ ਬੋਲਿਆ। ਅਗਲੀਆਂ ਚੀਜ਼ਾਂ ਜੋ ਬਣਵਾ ਦਿੱਤੀਆਂ। ਉਹਨੇ ਰੋਸ ਨਾਲ ਆਖਿਆ। ਚੁੱਪ ਕਰਕੇ ਫੜਾ ਬਹੁਤਾ ਬਕਵਾਸ ਨਾ ਕਰ ਉਹ ਚੀਖਿਆ। ਤੁਹਾਡੇ ਨਹੀਂ ਜੋ ਧਮਕੀਆਂ ਦਿੰਦੇ ਹੋ ਮੇਰੇ ਪੇਕਿਆਂ ਨੇ ਪਾਏ ਹੋਏ ਨੇ। ਲਗਦੀ ਹੋਈਏ ਪੇਕਿਆਂ ਦੀ। ਪੜਾਉਂਦੀਆਂ ਕਿ ਲਾਵਾਂ ਦੋ ਥਪੜੇ। ਉਹ ਗਰਜਿਆ। ਥੱਪੜੇ ਲਾਉਣ ਨੂੰ ਮੈਂ ਕੁਝ ਤੁਹਾਡਾ ਚੱਕ ਚੁਰਾ ਲਿਆ। ਜ਼ਬਾਨਾ ਮਾਰ ਬਹੁਤੀ। ਫੜਾ ਮੈਨੂੰ ਦੇਰ ਹੁੰਦੀ ਏ। ਮੈਂ ਨਹੀਂ ਦੇਣੀ। ਹੋਰ ਮੇਰੇ ਕੋਲ ਰਹੀ ਕੀ ਗਿਆ? ਉਹ ਗੁੱਸੇ ਨਾਲ ਬੋਲੀ। ਅੱਛਾ ਆਖ ਉਹ ਅੱਗੇ ਵਧਿਆ ਦੋ ਚਪੇੜਾ ਮਾਰੀਆਂ, ਕਾਂਟੇ ਧਰੂ ਕੇ ਬਾਹਰ ਨਿਕਲ ਗਿਆ। ਉਹ ਪੁੰਜੀ ਬੈਠੀ ਰੋਂਦੀ ਰਹੀ। ਕਾਂਟੇ ਕੋ ਮਗਰੋਂ ਬੂਆ ਖੁੱਲਿਆ ਉਹਨੇ ਸੋਚਿਆ ਪਤੀ ਹੋਏਗਾ ਤੇ ਉੱਪਰ ਤੱਕਿਆ ਕੋਈ ਨਾ। ਕੀ ਗੱਲ ਏ ਰਾਜ? ਬਲਰਾਮ ਨੇ ਉਹਦਾ ਨਾਂ ਲੈ ਕੇ ਪੁਕਾਰਿਆ। ਉਨੇ ਇੱਕ ਵਾਰੀ ਉਹਦੇ ਵੱਲ ਤੱਕਿਆ ਤੇ ਉਹਦਾ ਰੋਣਾ ਹੋਰ ਤੇਜ਼ ਹੋ ਗਿਆ ਕੀ ਗੱਲ ਏ ਰਾਜ ਦਾ ਹੱਥ ਆਪਣੇ ਹੱਥਾਂ 'ਚ ਲੈਂਦਿਆਂ ਮੂੰਹ ਨਾਲ ਬੋਲਿਆ ਕੁਛ ਨਹੀਂ ਰਾਜ ਨੇ ਹੱਥ ਨੂੰ ਜ਼ਰਾ ਪਿੱਛੇ ਖਿੱਚਦਿਆਂ ਆਖਿਆ ਫਿਰ ਇਹ ਸੋਹਣੀ ਅੱਖਾਂ ਕਿਉਂ ਰੋ-ਰੋ ਖਰਾਬ ਕਰ ਰਹੀਆਂ ਉਹਦੇ ਮੱਥੇ ਦੇ ਵਾਲ ਪਰੇ ਹਟਾਉਂਦਾ ਬੋਲਿਆ ਤੁਸੀਂ ਕਿੱਧਰ ਆਏ ਸੀ ਰਾਜ ਕਾਲੀ ਨਾਲ ਬੋਲੀ ਹਾਂ ਸੱਚ ਮੈਂ ਤਾਂ ਪੁੱਛਣ ਆਇਆ ਸੀ ਵੀ ਤੁਹਾਡੇ ਇੱਕ ਮੰਜਾ ਜੇ ਵਾਧੂ ਹੋਵੇ ਮੇਰਾ ਇੱਕ ਦੋਸਤ ਅੱਜ ਆ ਜਾ ਰਿਹਾ ਹੈ ਮੰਜੇ ਬਥੇਰੇ ਨੇ ਤੁਸੀਂ ਮੰਗਵਾ ਲੈਣਾ ਉਹ ਬੋਲੀ ਅੱਛਾ ਮਿਹਰਬਾਨੀ ਆਖੂ ਚਲਾ ਗਿਆ ਫਿਰ ਇਹ ਸੋਹਣੀ ਅੱਖਾਂ ਕਿਉਂ ਰੋ ਰੋ ਖਰਾਬ ਕਰ ਰਹੀ ਹੈ ਬਲਰਾਮ ਦੇ ਲਫ਼ਜ਼ ਉਹਨੂੰ ਕਿੰਨੀ ਵਾਰ ਯਾਦ ਆਏ ਉਹਨੇ ਸ਼ੀਸ਼ੇ 'ਚ ਦੇਖਿਆ ਸੱਚਮੁੱਚ ਹੀ ਉਹਦੀਆਂ ਅੱਖਾਂ ਤਾਂ ਬੜੀਆਂ ਸੋਹਣੀਆਂ ਸਨ ਉੱਠੀ ਰੋਟੀ ਬਣਾਈ ਪਿੰਜਰੇ 'ਚ ਰੱਖ ਕੇ ਆਪ ਬਿਨਾ ਖਾਦੇ ਮੰਜੇ ਤੇ ਪੈ ਗਈ ਚੌਖੀ ਰਾਤ ਗਈ ਸ਼ਰਾਬ ਨਾਲ ਰੱਜਿਆ ਉਹਦਾ ਪਤੀ ਆਇਆ ਰਾਜ ਬਾਰ ਖੋਲ ਤੂੰ ਗੁੱਸੇ ਨਾ ਹੋ ਕਾਂਟੇ ਮੈਂ ਹੋਰ ਬਣਵਾ ਦੇਵਾਂਗਾ ਤੇ ਜੇ ਤੂੰ ਆਪੇ ਹੀ ਦੇ ਦਿੰਦੀ ਮੈਂ ਕਾਹਨੂੰ ਮਾਰਦਾ ਉੱਚੀ ਉੱਚੀ ਬੁਲੀ ਗਿਆ ਰਾਜ ਨੇ ਬਾਰ ਖੋਲਦਿਆਂ ਦੇਖਿਆ ਚਬਾਰੇ ਦੀ ਬਾਰੀ 'ਚ ਖੜਾ ਬਲਰਾਮ ਤੱਕ ਰਿਹਾ ਸੀ ਅਗਲੇ ਦਿਨ 5:30 ਵੱਜ ਚੁੱਕੇ ਸਨ ਪਰ ਬਲਰਾਮ ਦਫ਼ਤਰੋਂ ਨਹੀਂ ਸੀ ਮੁੜਿਆ ਉਹਨੂੰ ਦਫ਼ਤਰੋਂ ਆਉਂਦੇ ਜਾਂਦੇ ਨੂੰ ਤੱਕਦੇ ਰਹਿਣਾ ਰਾਜ ਦੀ ਇੱਕ ਆਦਤ ਜੀ ਬਣ ਗਈ ਅਜਿੰਨੀ ਧੀਰ ਹੋਈ ਦੇਖ ਉਹ ਬੜੀ ਬੇਚੈਨ ਹੋਈ ਕਿਤੇ ਰਸਤੇ 'ਚ ਕਾਸੀ ਨਾਲ ਟੱਕਰ ਹੀ ਨਾ ਹੋ ਗਈ ਹੋਈ ਇਹ ਖਿਆਲ ਆਉਂਦੇ ਹੀ ਉਹਦੇ ਹੌਲ ਪੈਣ ਲੱਗੇ ਮਨੀ ਮਾਨੋ ਨੇ ਰੱਬ ਨੂੰ ਧਿਆਇਆ ਇਹਨੇ ਨੂੰ ਬਲਰਾਮ ਉਧਰੋਂ ਲੰਘਿਆ ਉਹ ਖਿੜਕੀ ਪੁੱੜ ਗਈ ਅਜ ਇੰਨੀ دیر ਕਿਉਂ ਕਰ ਦਿੱਤੀ ਰਾਜਨੇ ਬੁਏ ਚ ਖਲੋ ਹੌਲੀ ਨਾਲ ਪੁੱਛਿਆ ਬਾਜ਼ਾਰ ਚਲਾ ਗਿਆ ਸੀ ਕਿਉਂ ਉਹ ਮਿੱਠੇ ਗੁੱਸੇ ਨਾਲ ਬੋਲੀ ਕਿਸੇ ਕੁੜੀ ਲਈ ਕੋਈ ਚੀਜ਼ ਖਰੀਦਣ ਕਿਸੇ ਕੁੜੀ ਲਈ ਰਾਜਨੇ ਉਦਾਸ ਮੂੰਹ ਨਾਲ ਪੁੱਛਿਆ ਹੈ ਕੋਈ ਬਹੁਤ ਪਿਆਰੀ ਬਹੁਤ ਸੋਹਣੀ ਬਹੁਤ ਚੰਗੀ ਉਹ ਬੋਲਿਆ ਕੀ ਨਾਏ ਉਹਦਾ ਰਾਜਨੇ ਉਤਾਵਲੀ ਹੋ ਕੇ ਪੁੱਛਿਆ ਰਾਜ ਉਹਦੇ ਵੱਲ ਡੂੰਗਾ ਤੱਕ ਕੇ ਬੋਲਿਆ ਉਹ ਸ਼ਰਮ ਆ ਗਈ ਨਿੱਕੇ ਨਿੱਕੇ ਮੋਤ ਸੋਣੀਆਂ ਵਾਲੀਆਂ ਦੀ ਇੱਕ ਜੋੜੀ ਉਹਦੇ ਹੱਥ ਫੜਾਓ ਛੇਤੀ ਨਾਲ ਚੁਬਾਰੇ ਦੀਆਂ ਪੌੜੀਆਂ ਚੜ ਗਿਆ ਵਾਲੀਆਂ ਦੇਖ ਪਤਾ ਨਹੀਂ ਕਿ ਉਹ ਰਾਜ ਨੂੰ ਰੋਣਾ ਆ ਗਿਆ ਇੱਕ ਵਾਰੀ ਤਾਂ ਉਹਦਾ ਦਿਲ ਕੀਤਾ ਜਾ ਕੇ ਮੋੜ ਆਵੇ ਫਿਰ ਉਹਨੇ ਸੋਚਿਆ ਜਦੋਂ ਪੇਕੇ ਗਈ ਇਹਦੇ ਲਈ ਇੰਨੇ ਕੁ ਮੁੱਲ ਦੀ ਕੋਈ ਚੀਜ਼ ਲੈ ਆਵਾਂਗੇ ਵਾਲੀਆਂ ਨੂੰ ਮੁੜ ਮੁੜ ਤੱਕ ਦੀ ਕੰਨਾਂ 'ਚ ਪਾ ਕੇ ਕਈ ਵਾਰ ਉਹਨੇ ਆਪਣਾ ਮੂੰਹ ਸ਼ੀਸ਼ੇ 'ਚ ਦੇਖਿਆ ਇਹ ਮੈਨੂੰ ਨਹੀਂ ਸੀ ਲੈਣੀਆਂ ਚਾਹੀਦੀਆਂ ਇੱਕ ਵਾਰੀ ਫਿਰ ਉਹਨੂੰ ਖਿਆਲ ਆਇਆ ਹੁਣ ਉਹ ਇਕੱਲੀ ਬੈਠ ਬੈਠ ਰੋਂਦੀ ਨਹੀਂ ਸੀ ਮਾਪਿਆਂ ਤੇ ਵੀ ਗਿਲੇ ਨਾ ਕਰਦੀ ਕਿਸਮਤ ਨੂੰ ਵੀ ਨਾ ਕੋਸਦੀ ਹੁਣ ਉਹਨੂੰ ਇਹਨਾਂ ਗੱਲਾਂ ਦੀ ਵੇਲ ਨਹੀਂ ਸੀ ਬਲਰਾਮ ਦਾ ਸਾਯਾ ਸਾਰਾ ਵਕਤ ਉਹਦੇ ਖਿਆਲਾਂ ਚ ਘੁੰਮਦਾ ਰਹਿੰਦਾ ਕਦੇ-ਕਦੇ ਉਹ ਆਪਣੇ ਆਪ ਨੂੰ ਫਿਟਕਾਰਦੀ ਵੀ ਤੇ ਉਦੋਂ ਦਾ ਦਿਲ ਕਰਦਾ ਕਿ ਪਤੀ ਉਹਦਾ ਉਹਨੂੰ ਬਹੁਤ ਮਾਰੇ ਰਾਜ ਇੱਥੇ ਤੱਕ ਗੱਲ ਕਰਦੇ ਆਂ ਵੀ ਡਰ ਲੱਗਦਾ ਕਦੇ ਤੂੰ ਰਾਤ ਵੇਲੇ ਉੱਪਰ ਚੁਬਾਰੇ 'ਚ ਆ ਸਕੇ ਮੈਂ ਰੱਜ ਕੇ ਤੈਨੂੰ ਤੱਕਣਾ ਚਾਹਣਾ ਪਿਆਰਨਾ ਚਾਹਣਾ ਰਾਜ ਬਲਰਾਮ ਨੇ ਤਰਲੇ ਨਾ ਲਾਖਿਆ ਨਹੀਂ ਬਲਰਾਮ ਨਹੀਂ ਉਹ ਚੁੰਝਲਾ ਕੇ ਬੋਲੀ ਰਾਜ ਗਲਤ ਨਾ ਸਮਝੀ ਮੈਂ ਭੇੜਾ ਬੰਦਾ ਨਹੀਂ ਬਸ ਹੁਣ ਜੀ ਦਿਲ ਕਰਦਾ ਇੱਕ ਵਾਰੀ ਬਸ ਇੱਕੋ ਵਾਰੀ ਮੈਂ ਰਾਜ ਜੀ ਤੇ ਨਾਲ ਗੱਲਾਂ ਕਰ ਲਵਾਂ ਕਹਦੇ ਰਾਜ ਕੇ ਤੂੰ ਆਏਂਗੀ ਰਾਜ ਚੁੱਪ ਕਰ ਗਈ ਉਸ ਸ਼ਾਮ ਉਹਦੇ ਪਤੀ ਕੋਲ ਫਿਰ ਪੈਸੇ ਨਹੀਂ ਸੀ ਰਾਜ ਵਾਲੀਆਂ ਕਿੱਥੇ ਲੁਕੋ ਰੱਖੀਆਂ ਨੇ ਲਿਆ ਓਰੇ ਕਰੂ ਬੋਲਿਆ ਵਾਲੀਆਂ ਦਾ ਨਾਂ ਸੁਣੋ ਘਬਰਾ ਗਈ ਛੇਤੀ ਨਾਲ ਅੰਦਰ ਜਾ ਵਾਲੀਆਂ ਲਾਂ ਲੁਕਾਈ ਅੱਛਾ ਮੇਰੇ ਨਾਲ ਵੀ ਚਲਾਕੀਆਂ ਤੇਰਾ ਖਿਆਲ ਏ યું ਤੂੰ ਵਾਲੀਆਂ ਰੱਖ ਲੇਂਗੀ ਉਹ ਖਿਜ ਕੇ ਬੋਲਿਆ ਲਿਆ ਦੇ ਚੁੱਪ ਕਰਕੇ ਨਹੀਂ ਤਾਂ ਫਿਰ ਮੈਨੂੰ ਜਾਣਦੀ ਐ ਮੈਂ ਨਹੀਂ ਉਹ ਦੇਣੀ ਐ ਰਾਜਕੰਬ ਦੀ ਆਵਾਜ਼ ਟ ਬੋਲੀ ਦੇਣਗੇ ਤਾਂ ਤੇਰੇ ਬੜੇ ਵੀ ਉਹ ਰਾਜਵਾਲ ਵਾਦਾ ਬੋਲਿਆ ਦੱਸ ਦੇਣੀ ਐ ਨਹੀਂ ਉਹ ਚੀਕੀ ਚਾਰ ਪੰਜ ਪੇੜਾਂ ਉਹਨੇ ਰਾਜ ਤੇ ਮਾਰੀਆਂ ਝਿੜ ਕੇ ਬੋਲੇ ਦੱਸ ਦੇਣੀ ਐ ਕਿ ਅਜੇ ਵੀ ਨਹੀਂ ਨਹੀਂ ਦਿੰਦੀ ਭਾਵੇਂ ਜਾਨ ਕੱਢ ਦੇ ਉਰੰਦੀ ਹੋਈ ਬੋਲੀ ਉਨੇ 2-3 ਮੁਕੇ ਕਸ ਕੇ ਰਾਜ ਨੂੰ ਮਾਰੇ ਉਹ ਡਿੱਗ ਪਈ 2-3 ਲੱਤਾਂ ਡਿੱਗੀ ਪਈ ਦੇ ਵੀ ਮਾਰੀਆਂ ਫਿਰ ਗਾਲਾਂ ਕੱਢਦਾ ਉਹਦਾ ਟਰੰਕ ਫਰੋਲਣ ਲੱਗਿਆ ਪਰ ਜਦੋਂ ਕੁਛ ਨਾ ਲੱਭਾ ਫਿਰ ਉਹਦੇ ਉਦਾਲੇ ਹੋ ਗਿਆ ਇੰਨੇ ਨੂੰ ਪਤਾ ਨਹੀਂ ਕਿਵੇਂ ਬਲਰਾਮ ਉੱਥੇ ਆ ਪਹੁੰਚਿਆ ਕੀ ਹੋ ਗਿਆ ਜੀ ਉਹ ਝੱਕਦਾ ਬੋਲਿਆ ਰੁਪਈਏ ਫੜਾਏ ਸੀ ਹੁਣ ਦਿੰਦੀ ਨਹੀਂ ਉਹ ਬੋਲਿਆ ਕਿਦਰੇ ਧਰ ਕੇ ਭੁੱਲ ਗਏ ਹੁਣੇ ਨੇ ਕਾਨੂੰ ਇੰਨਾ ਕਲਪ ਦਿਓ ਜੇ ਜ਼ਰੂਰੀ ਚਾਹੀਦੇ ਤੇ 20-30 ਮੇਰੇ ਕੋਲੋਂ ਲੈ ਜਾਓ ਫਿਰ ਦੇ ਦੇਣਾ ਉਹ ਬਟੂਆ ਕੱਢਦਾ ਬੋਲਿਆ हां हां दे देंगे नोट ਫੜਦਾ ਉਹ ਉਹਦਾ ਪਤੀ ਬੋਲਿਆ ਫਿਰ ਕੈਰੀਆਂ ਅੱਖਾਂ ਨਾਲ ਰਾਜਵਾਲ ਤੱਕਦਾ ਉੱਠੇ ਕੇ ਵੱਲ ਤੁਰ ਗਿਆ ਉਹਨੂੰ ਗਿਆ ਤੱਕ ਬਲਰਾਮ ਰਾਜ ਕੋਲ ਗਿਆ ਦੇ ਦੇਣੀ ਸੀ ਪੈਸੇ ਉਹ ਹਮਦਰਦੀ ਨਾਲ ਬੋਲਿਆ ਬਾਕੀ ਤਾਂ ਸਾਰੀਆਂ ਚੀਜ਼ਾਂ ਫੂਕ ਸੁਟੀਆਂ ਨੇ ਅਜਵਾਲੀਆਂ ਵੀ ਮੰਗਦਾ ਸੀ ਆਖਦੇ ਆਂ ਰਾਜ ਦੀਆਂ ਭੁੱਬਾਂ ਨਿਕਲ ਗਈਆਂ ਰੋ ਨਾ ਰਾਣੀ ਉਹ ਰਾਜ ਦੇ ਮੋਢੇ ਤੇ ਹੱਥ ਰੱਖਦਾ ਬੋਲਿਆ ਤੁਸੀਂ ਨਾ ਆਇਆ ਕਰੋ ਇੱਥੇ ਰਾਜ ਨੇ ਸੱਟਾਂ ਦੀ ਪੀੜ ਅਨੁਭਵ ਕਰਦੇ ਆਂ ਕਿਹਾ ਕਿ ਮੇਰਾ ਆਉਣਾ ਤੁਹਾਨੂੰ ਚੰਗਾ ਨਹੀਂ ਲੱਗਦਾ ਜ਼ਿੰਦਗੀ ਦੇ ਮਿੱਠੇ ਪਲ ਜਦੋਂ ਤੱਕ ਮੈਂ ਨਹੀਂ ਜਾਣੇ ਸੀ ਉਦੋਂ ਜ਼ਿੰਦਗੀ ਦੇ ਕੋੜੇ ਪਲ ਮੈਨੂੰ ਇੰਨਾ ਤੜਪਾਉਂਦੇ ਨਹੀਂ ਸੀ ਉਹ ਝੀਲਾਂ ਵਰਗੀਆਂ ਅੱਖਾਂ ਚ ਅਥਰੂ ਗੇੜ ਦੀ ਬੋਲੀ ਰਾਜ ਹਾਂ ਤੇ ਪੰਜਾਬ ਜ਼ੁਲਮ ਸਹਿਣਾ ਤਾਂ ਜ਼ੁਲਮ ਨੂੰ ਸ਼ਹਿ ਦੇਣੀ ਹੁੰਦੀ ਹੈ ਹੋਰ ਕਰਾਂ ਵੀ ਕੀ ਆਖਦੇ ਇੱਕ ਲਾਚਾਰੀ ਉਹਦੇ ਮੂੰਹ ਤੇ ਆ ਗਈ ਜ਼ਮਾਨਾ ਬੜਾ ਗਾਂ ਲੰਘ ਗਿਆ ਰਾਜਤੂ ਤੇ ਦੋ ਸਦੀਆਂ ਪਿਛਾਂ ਖਲੋਤੀਆਂ ਔਰਤ ਤਾਂ ਜਿੰਨੀ ਨਿਰਬਲ ਨਹੀਂ ਰਹੀ ਜਿੰਨੀ ਤੂੰ ਸੋਚਦੀ ਹੈ ਪਰ ਪਰ ਕੀ ਰਾਜ ਦੋ ਰੋਟੀਆਂ ਦਾ ਤਾਂ ਕਿਸੇ ਨੂੰ ਤੋੜਾ ਨਹੀਂ ਹੁੰਦਾ ਤੂੰ ਕੁਝ ਦਿਨ ਲਈ ਪੇਕੀ ਚਲੀ ਜਾ ਪੇਕੀ ਉੱਥੇ ਮੈਨੂੰ ਕੌਣ ਰੱਖੇਗਾ ਮਾਂ ਮੇਰੀ ਮਤਰੀ ਹੈ ਪਿਓ ਦੀ ਕੁਝ ਪੂੰਦੀ ਨਹੀਂ ਉੱਥੇ ਤਾਂ ਤੇ ਤੂੰ ਕਿਧਰੇ ਨੌਕਰੀ ਕਰ ਲੈ ਫਿਰ ਪਰ ਮੈਂ ਕਿਹੜਾ ਬਹੁਤੀ ਪੜ੍ਹੀ ਹੋਈ ਆ ਨਾਲੇ ਆਖਦੇ ਨੇ ਨੌਕਰੀ ਕਰਨ ਵਾਲੀਆਂ ਕੁੜੀਆਂ ਨੂੰ ਵੀ ਉਹਨਾਂ ਦੇ ਉੱਪਰਲੇ ਬੜਾ ਤੰਗ ਕਰਦੇ ਨੇ ਤੰਗੂ ਰਾਜ ਉਦੋਂ ਤੀ ਕੀ ਕਰਦੇ ਨੇ ਜਦ ਤੱਕ ਪਤਾ ਹੋਵੇ ਕਿ ਕੁੜੀ ਉਹਨਾਂ ਤੋਂ ਡਰ ਜਾਏਗੀ ਜੇ ਅਗੋਂ ਜੁੱਤੀਆਂ ਪੈ ਜਾਣ ਦਾ ਡਰ ਹੋਵੇ ਫੇਰ ਨਹੀਂ ਕੋਈ ਜੁਰਤ ਕਰਦਾ ਪਰ ਇਹ ਕੁਝ ਠੀਕ ਕਰਨ ਲਈ ਵੀ ਬਾਹਰੋਂ ਤਾਂ ਕਿਸੇ ਨਹੀਂ ਆਉਣਾ ਕੁੜੀਆਂ ਨੂੰ ਆਪਣੇ ਅੰਦਰੋਂ ਹੀ ਹਿੰਮਤ ਪੈਦਾ ਕਰਨੀ ਪਵੇਗੀ ਤੂੰ ਭਾਵੇਂ ਥੋੜੇ ਚਿਰ ਲਈ ਮਾੜੀ-ਮੋਟੀ ਨੌਕਰੀ ਕਰ ਲੈ ਜਦ ਫੇਰ ਸ਼੍ਰੀਮਾਨ ਜੀ ਨੂੰ ਚੁੱਲ੍ਹੇ ਮੁਰੇ ਮੁੱਛਾਂ ਫੂਕਣੀਆਂ ਪਈਆਂ ਸਾਰਾ ਨਸ਼ਾ ਉਤਰ ਜਾਣਾ ਬਲਰਾਮ ਮੈਂ ਜ਼ਰੂਰ ਪਿਛਲੇ ਜਨਮ ਚ ਕੋਈ ਮਾੜੇ ਕਰਮ ਕੀਤੇ ਹੋਣੇ ਨੇ ਜੋ ਚੱਲੀ ਉਹ ਮੈਂ ਤੇ ਦੱਸਣਾ ਆਇਆ ਸੀ ਵੀ ਸਾਡੇ ਦਫ਼ਤਰ 'ਚ ਕੁਝ ਬੰਦਿਆਂ ਦੀਆਂ ਬਦਲੀਆਂ ਹੋਈਆਂ ਨੇ ਸ਼ਾਇਦ ਮੇਰੀ ਵੀ ਨਾਮ ਬਲਰਾਮ ਨਾ ਰੱਬ ਕਰੇ ਤੁਹਾਡੀ ਬਦਲੀ ਨਾ ਹੋਏ ਉਹ ਤੜਪ ਕੇ ਬੋਲੀ ਰਾਜ ਅੱਜ ਆ ਜਾਈਂ ਉੱਪਰ ਆਪਾਂ ਰਲ ਕੇ ਚੰਨ ਦੀ ਚਾਨਣੀ 'ਚ ਬੈਠਾਂਗੇ ਤੂੰ ਆਪਣੇ ਲੰਮੇ ਲੰਮੇ ਵਾਲ ਖੋਲ ਲਵੀਂ ਤੇਰੇ ਖੁੱਲੇ ਵਾਲ ਬਹੁਤ ਸੋਹਣੇ ਲੱਗਦੇ ਨੇ ਜੇ ਜੇ ਮੈਂ ਚਲਿਆ ਗਿਆ ਜ਼ਿੰਦਗੀ ਭਰ ਆਰਮਾਨ ਰਹਿ ਜਾਏਗਾ ਕਹਦੇ ਰਾਜ ਤੂੰ ਆਏਂਗੀ ਨਹੀਂ ਬਲਰਾਮ ਨਹੀਂ ਅੱਛਾ ਤੇਰੀ ਮਰਜ਼ੀ ਪਰ ਸੁਪਨੇਆਂ 'ਚ ਤਾਂ ਬੜੀ ਵਾਰੀ ਤੂੰ ਮੇਰੇ ਕੋਲ ਆ ਜਾਣੀ ਹੈ ਮੇਰੇ ਮੰਜੇ ਤੇ ਵੀ ਬੈਠ ਜਾਣੀ ਹੈ ਸ਼ਰਾਰਤ ਨਾਲ ਮੇਰੀਆਂ ਅੱਖਾਂ ਵੀ ਬੰਦ ਕਰ ਲੈਣੀ ਹੈ ਮੇਰੀ ਕਿਤਾਬ ਖੋ ਕੇ ਪਰੇ ਸੁੱਟ ਆਖ ਦੀਏ ਬਲਰਾਮ ਤੂੰ ਮੇਰਾ ਕੌਣ ਹੈ ਕਦੇ-ਕਦੇ ਮੈਨੂੰ ਲੱਗਦਾ ਜਿਵੇਂ ਤੂੰ ਮੇਰਾ ਸਭੋ ਕੁਝ ਹੈ ਕਦੇ ਲੱਗਦਾ ਤੂੰ ਇੱਕ ਸੁਪਨਾ ਹੈ ਕਿਹੀ ਮ੍ਰਿਗ ਤ੍ਰਿਸ਼ਨਾ ਹੈ ਕਾਫੀ ਦੇਰ ਹੋ ਗਈ ਹੈ ਉਠੇ ਕੇ ਤੋਂ ਮੁੜੀ ਨਾ ਆਉਣ ਮੈਂ ਚੱਲਦਾ ਅੱਖ ਦਾ ਉੱਠ ਖੜਾ ਹੋਇਆ ਬਲਰਾਮ ਹਾਂ ਰਾਣੀ ਅੱਜ ਤਾਂ ਮੇਰਾ ਮਨ ਕਰਦਾ ਹੈ ਕਿ ਜੇ ਤੁਸੀਂ ਹਾਲ ਪੁੱਛਣ ਆ ਜਾਇਆ ਕਰੋ ਫਿਰ ਤਾਂ ਭਾਵੇਂ ਮੇਰੇ ਰੋਜ਼ ਹੀ ਮਾਰ ਪੈ ਜਾਇਆ ਕਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਲ ਤਾਂ ਮੈਂ ਚਲੀ ਜਾਣਾ ਕੀ ਅੱਜ ਜਾਏਗੀ ਰਾਜ ਨੂੰ ਉਹਨੇ ਤਰਲੇ ਨਾਲ ਆਖਿਆ ਰਾਜ ਨਾ ਨਾ ਕਰ ਸਕੀ ਸਾਰਾ ਦਿਨ ਉਖੜੀ ਉਖੜੀ ਰਹੀ ਜਰਾ ਜਿੰਨੇ ਖੜਕੇ ਨਾਲ ਉਹਦਾ ਤਰਾ ਨਿਕਲ ਜਾਂਦਾ ਉਹਦੀ ਭੁੱਖ ਤਰੇ ਮਰ ਗਈ ਸੀ ਆਥਨ ਵੇਲੇ ਆਪਣੀ ਮਾਂ ਦੀ ਨਿਸ਼ਾਨੀ ਇੱਕ ਛੱਲਾ ਉਹਨੇ ਮੰਜੇ ਦੇ ਪਾਵੇ ਹੇਟ ਪਾਵੇ ਹੇਟਲੀ ਜ਼ਮੀਨ ਪੁੱਟ ਕੇ ਕੱਢਿਆ ਤੇ ਗੁੱਤ ਨਾਲ ਬੰਨ ਲਿਆ 10 11 12 ਵਜ ਗਏ ਪਤੀ ਉਹਦਾ ਸ਼ਰਾਬ ਨਾਲ ਰਜਿਆ ਸ਼ੂ ਕਰਿਆ ਸੀ ਟ੍ਰੈਂਡੀ ਟ੍ਰੈਂਡੀ ਉਹ ਮੰਜੇ ਤੋਂ ਠੀਕ ਹੌਲੀ ਨਾਲ ਤਖਤੇ ਭੀੜ ਕੇ ਵੇੜੇ ਚ ਆ ਗਈ। ਫਿਰ ਕਾਲੀ ਨਾਲ ਚੁਬਾਰੇ ਦੀਆਂ ਪੌੜੀਆਂ ਚੜ ਗਈ। ਤੂੰ ਆ ਗਈ ਰਾਜ। ਬਲਰਾਮ ਲੈਂਪ ਪੁਜਾ ਮੱਦਮ ਜੀ ਬੱਤੀ ਪਾਲਦਾ ਬੋਲਿਆ। ਬਲਰਾਮੇ ਛੱਲਾ ਜੀ ਨੂੰ ਤੁਸੀਂ ਪਿਆਰ ਕਰੋ ਦੇ ਦੇਣਾ। ਉਹ ਗੁੱਤ ਨਾਲੋਂ ਛੱਲਾ ਖੋਲਦੀ ਬੋਲੀ। ਮੈਨੂੰ ਪਤਾ ਸੀ ਰਾਜ ਕੇ ਤੂੰ ਜ਼ਰੂਰ ਆਏਂਗੀ। ਛੱਲਾ ਫੜਦੇ ਆਂ ਉਹ ਬੋਲਿਆ। ਨਹੀਂ ਬਲਰਾਮ ਮੈਂ ਤੇ ਆਖਣ ਆਈਆਂ ਕਿ ਮੈਂ ਨਹੀਂ ਆ ਸਕਦੀ। ਉਹ ਘਬਰਾ ਕੇ ਬੋਲੀ। ਛੱਲੀ ਤੂੰ ਆ ਤੇ ਗਈਂ। ਆਕੇ ਨਹੀਂ ਸਕਦੀ ਉਹਦਾ ਹੱਥ ਫੜਦਾ ਬੋਲਿਆ ਨਹੀਂ ਮੈਂ ਹੁਣੇ ਵਾਪਸ ਜਾਣਾ ਉਹ ਕੰਬਦੀ ਆਵਾਜ਼ ਛੋਲੇ ਨਹੀਂ ਮੇਰੀ ਰਾਣੀ ਹੁਣ ਤੂੰ ਨਹੀਂ ਜਾਣਾ ਉਹ ਅੱਗੇ ਹੁੰਦੇ ਆ ਬੋਲਿਆ ਨਹੀਂ ਬਲਰਾਮ ਮੈਂ ਇੱਥੇ ਨਹੀਂ ਠਹਿਰ ਸਕਦੀ ਕੀ ਬੱਚਿਆਂ ਵਾਂਗ ਕਰਦੀ ਆਖਦੇ ਉਹਨੇ ਬਾਵਾ ਰਾਜ ਦੇ ਗਲ ਪਾਤੀਆਂ ਬਲਰਾਮ ਨਹੀਂ ਨਹੀਂ ਉਹ ਬਾਵਾ ਪਰੇ ਹਟਾਉਣ ਦੀ ਕੋਸ਼ਿਸ਼ ਕਰਦੀ ਬੋਲੀ ਨਹੀਂ ਮੇਰੀ ਰਾਣੀ ਹੁਣ ਤੂੰ ਨਹੀਂ ਜਾ ਸਕਦੀ ਬਾਵਾ ਦੀ ਕਾਸ ਹੋਰ ਮਜ਼ਬੂਤ ਕਰਦੇ ਆ ਬੋਲਿਆ ਭਲਰਾਮ ਉਚੁੰਝਲਾਈ ਤੋ ਹੁਣ ਤੀਕ ਬਥੇਰਾ ਤੜਪਾਇਆ ਪਰ ਹੁਣ ਵਾਪਸ ਨਹੀਂ ਜਾ ਸਕਦੀ ਗੰਭੀਰ ਹੋ ਕੇ ਉਹ ਬੋਲਿਆ ਸਾਰਾ ਜ਼ੋਰ ਲਾ ਕੇ ਰਾਜ ਨੇ ਆਪਣੇ ਦਿਵਾਲਿਓਂ ਦੀਆਂ ਬਾਹਾਂ ਛੰਡ ਦਿੱਤੀਆਂ ਪਰ ਉਹ ਰਾਂ ਰੋਕ ਕੇ ਖੜੋ ਗਿਆ ਰਾਜ ਨੇ ਕੌਣ ਕਰਦੀ ਚਪੇੜ ਉਹਦੇ ਮਾਰੇ ਦਬਾ ਦਬ ਪੌੜੀਆਂ ਲੈ ਗਈ ਅੱਛਾ ਤਾਂ ਤੂੰ ਉਪਰੋਂ ਆਈਂ ਵੇਲੇ ਜਖਲੋਤਾ ਉਹਦਾ ਪਤੀ ਤੈਸ਼ਨਲ ਬੋਲਿਆ ਕੋਲ ਸੋਟੀ ਚੁੱਕ ਉਨੇ ਕੋਸਾ ਰਾਜ ਨੂੰ ਚੰਬ ਦਿੱਤਾ ਮਰਨ ਜੋਗੀ ਕੁੱਟਿਆ ਤੇ ਜਦੋਂ ਸੋਟੀ ਟੁੱਟ ਗਈ ਤੇ ਉਹ ਵੀ ਹੰਬ ਗਿਆ ਅੰਦਰ ਜਾ ਕੇ ਪੈ ਗਿਆ ਅਗਲੇ ਦਿਨ ਮਾਰ ਨਾਲ ਡਾਡੀ ਨੇ ਢਾਲ ਹੋਈ ਰਾਜ ਨੇ ਦੇਖਿਆ ਬਲਰਾਮ ਟਾਂਗੇ ਤੇ ਸਮਾਨ ਲਦਵਾਈ ਉਹ ਸ਼ਹਿਰ ਛੱਡ ਕੇ ਜਾ ਰਿਹਾ ਸੀ ਮਸਾ ਮਸਾ ਤੁਰਦੀ ਉਹ ਦਰਵਾਜ਼ੇ ਕੋਲ ਆਈ ਮੈਨੂੰ ਮaaf ਕਰ ਦੇ ਬਲਰਾਮ ਉਹਨੇ ਅੱਖਾਂ ਪਰ ਕੇ ਆਖਿਆ ਉਹ ਬਿਨਾ ਉਹਦੇ ਵੱਲ ਤੱਕਿਆ ਅਗਾਹ ਲੰਘ ਗਿਆ ਅੰਦਰੋਂ ਉਹਦੇ ਪਤੀ ਨੇ ਘੂਰ ਘੂਰ ਕੇ ਉਹਦੇ ਵੱਲ ਦੇਖਿਆ ਉਹਦੇ ਵੱਲ ਇਓ ਤੱਕੀ ਜਿਵੇਂ ਕਹਿ ਰਹੀ ਹੋਵੇ ਮਾਫ ਕਰ ਦੇ ਮੇਰੇ ਮਾਲਕ ਫਿਰ ਉਹਨੇ ਅਸਮਾਨ ਵੱਲ ਤੱਕਿਆ ਜਿਵੇਂ ਪਤਾ ਨਹੀਂ ਕਿਉਂ ਉਹ ਰੱਬ ਤੋਂ ਵੀ ਮਾਫੀ ਮੰਗਦੇ ਵੀ ਹੋਵੇ ਧੰਨਵਾਦ